ਜ਼ਿਲ੍ਹਾ ਤਰਨਤਾਰਨ ਦਾ ਸਰਹੱਦੀ ਪਿੰਡ ਬੁਰਜ 169 ਦਾ ਫੌਜੀ ਜਵਾਨ ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਜੋ ਬੀਤੇ ਦਿਨ ਜੰਮੂ ਕਸ਼ਮੀਰ ਵਿਖੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਆਪਣੇ ਦੇਸ਼ ਲਈ ਸ਼ਹੀਦੀ ਦਾ ਜਾਮ ਪੀ ਗਿਆ, ਜਿਸ ਦਾ ਕੱਲ੍ਹ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਹੋਵੇਗਾ। ਇਸ ਮੌਕੇ 'ਤੇ ਸ਼ਹੀਦ ਦੇ ਪਿਤਾ ਦਾ ਕਹਿਣਾ ਹੈ ਕਿ ਮੈਨੂੰ ਫਖਰ ਹੈ ਆਪਣੇ ਪੁੱਤਰ 'ਤੇ ਜੋ ਦੇਸ਼ ਲਈ ਸ਼ਹੀਦ ਹੋਇਆ ਹੈ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਘਰ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਕੁਲਦੀਪ ਸਿੰਘ ਸ਼ਹੀਦ ਦੇ ਨਾਂ 'ਤੇ ਕੋਈ ਯਾਦਗਾਰ ਬਣਾਈ ਜਾਵੇ। ਸਰ ਮੇਰੇ ਸਾਲਾ ਜੀ, ਸਰ ਮੈਂ ਜੀਜਾ ਜੀ ਲੱਗਦਾ ਉਹਨਾਂ ਦਾ, ਮੇਰੇ ਨਾਲ ਸਰ ਬਹੁਤ ਗੂੜਾ ਪਿਆਰ ਸੀ ਉਹਨਾਂ ਦਾ, ਮੇਰੇ ਕੋਲ ਹੀ ਰਹਿੰਦੇ ਸੀ, ਛੁੱਟੀ ਕੱਟਦੇ ਸੀ ਮੇਰੇ ਕੋਲ ਆਉਂਦੇ ਸੀ, ਪਹਿਲਾਂ ਛੁੱਟੀ ਕੱਟ ਕੇ ਫਿਰ ਮੀਂਹੋਂ ਛੱਡਣ ਜਾਂਦਾ, ਮੀਂਹੋਂ ਲੈਣ ਜਾਂਦਾ ਉਹਨਾਂ ਨੂੰ, ਇੱਥੇ ਵੀ ਆਉਂਦੇ ਸੀ ਅਤੇ ਇੱਥੇ ਵੀ ਮੈਂ ਛੱਡ ਕੇ ਜਾਂਦਾ ਉਹਨਾਂ ਨੂੰ। ਮੇਰਾ ਬਹੁਤ ਜ਼ਿਆਦਾ ਵੈ ਹੀਰਾ ਭਰਾ ਸੀ ਮੇਰਾ, ਸਾਰਾ ਨਹੀਂ ਮੇਰਾ ਭਰਾ ਹੀਰਾ ਸੀ, ਇੰਨਾ ਮੇਰਾ ਗੂੜਾ ਪਿਆਰ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਉਹ ਬੋਲ ਨਹੀਂ ਮੇਰੇ ਕੋਲ ਹੈਗੇ ਮੈਂ ਜਿਹੜੇ ਦੱਸ ਸਕਦਾ। ਪਰਿਵਾਰ ਨੂੰ ਸਰ ਮੈਨੂੰ ਪਤਾ ਲੱਗਾ ਸਰ ਕੁਝ 11:30-12 ਵਜੇ ਜਦੋਂ ਇਹ ਸ਼ਹੀਦੀ ਪਾ ਗਏ ਆ, ਅਤੇ ਉਹਨਾਂ ਨੇ ਮੈਨੂੰ ਇਹ ਬੇਨਤੀ ਕੀਤੀ ਵੀ ਇਹਨਾਂ ਦੇ ਸਾਲਾ ਜੀ ਉੱਥੇ ਰਹਿੰਦੇ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਕੁਲਦੀਪ ਪੂਰਾ ਹੋ ਗਿਆ ਆ। ਮੈਂ ਕਿਹਾ ਕੀ ਗੱਲ ਬਣੀ, ਕਹਿੰਦਾ ਯਾਰ ਉਹਨਾਂ ਦੇ ਨਾ ਬਾਹਰੋਂ ਆਉਂਦਾ ਇੱਦਾਂ ਇੱਦਾਂ ਕਰਕੇ ਉਗਰਵਾਦੀਆਂ ਨੇ ਗੋਲੀਆਂ ਮਾਰ ਦਿੱਤੀਆਂ, ਅਤੇ ਫਿਰ ਮੈਂ ਸਰ ਉਹਨਾਂ ਨੂੰ ਫਿਰ ਇਹਨਾਂ ਨੂੰ ਫੋਨ ਕੀਤਾ, ਇਹਨਾਂ ਨੂੰ ਪਤਾ ਨਹੀਂ ਸਰ, ਇਹਨਾਂ ਨੂੰ ਨਹੀਂ ਪਤਾ, ਫਿਰ ਇਹਨਾਂ ਨੂੰ ਮੈਂ ਦੱਸਿਆ ਵੀ ਕੁਲਦੀਪ ਸਿੰਘ ਪੂਰੇ ਹੋ ਗਏ ਆ। ਅੰਤਮ ਸੰਸਕਾਰ ਵਾਸਤੇ ਸਰ ਉਹਨਾਂ ਦੀ ਜੁੰਟ ਦੇ ਆਪਣਾ 2SC ਸਾਹਿਬ ਨਾਲ ਹੁਣ ਗੱਲ ਹੋਈ ਸੀ, ਉਹ ਕਹਿੰਦੇ ਸੀ ਵੀ ਅੰਤਮ ਸੰਸਕਾਰ ਵਾਸਤੇ ਹਜੇ ਪੋਸਟਮਾਰਟਮ ਹੋ ਗਏ, ਇੱਥੋਂ ਹੀ ਕੁਝ ਤੁਹਾਡੇ ਕੋਲ ਸਵੇਰੇ ਤੜਕੇ 3:30-4 ਵਜੇ ਤੱਕ ਪਹੁੰਚ ਜਾਂਗੇ। ਹਾਂਜੀ ਸਰ, ਸਟੇਸ਼ਨ ਹੈੱਡਕੁਆਟਰ ਸਰ ਅੰਮ੍ਰਿਤਸਰ ਇੱਥੇ ਹੋਈ ਆ, 23rd Armored ਬ੍ਰਿਗੇਡ ਦੇ ਵਿੱਚ ਗੱਲ ਹੋਈ ਆ ਮੇਰੀ, ਉਹ ਕਹਿੰਦੇ ਆ ਵੀ ਅਸੀਂ ਸਰਹੰਦਰੀ ਦੇਣ ਵਾਸਤੇ ਅਸੀਂ ਤਿਆਰ ਆ, ਸਟੇਸ਼ਨ ਹੈੱਡਕੁਆਟਰ ਵਾਲੇ ਕਹਿੰਦੇ ਆ, ਕਹਿੰਦੇ ਜਦੋਂ ਸਾਨੂੰ ਫੋਨ ਆ ਗਿਆ ਉਹ ਉੱਧਰੋਂ ਫੋਨ ਆ ਗਿਆ, ਅਸੀਂ ਉਸੇ ਵੇਲੇ ਆ ਜਾਣਾ, ਜਿੰਨੇ ਵਜੇ ਸੰਸਕਾਰ ਕਰਨਾ ਉਨੇ ਵਜੇ ਸਰ ਸਾਡਾ ਟਾਈਮ ਸੈਟ ਕਰ ਲਓ, ਉਹਨਾਂ ਨੂੰ ਦੱਸ ਦਿੱਤਾ ਆਪਾਂ। ਕੁਲਦੀਪ ਸਿੰਘ ਸਰ ਵਿਆਹ ਸੀ, ਬੱਚੇ ਸਰ ਦੋ ਹੀ ਉਹਨਾਂ ਦੇ, ਫੈਮਿਲੀ ਮੈਂਬਰ ਹੀ ਸਰ, ਫੈਮਿਲੀ ਮੈਂਬਰ। ਮੈਂ ਤੇ ਹੱਥ ਜੋੜ ਕੇ ਇਹੀ ਅਪੀਲ ਕਰਦਾ ਹਾਂ ਕਿ ਇਹਨਾਂ ਦੀ ਪਤਨੀ ਨੂੰ ਸਰਕਾਰੀ ਕਿਤੇ ਜੋਬ ਤੇ ਨੌਕਰੀ ਦਿਲਵਾ ਕੇ ਦਿੱਤੇ, ਬਹੁਤ ਨੌਕਰੀਆਂ ਦਵਾਉਂਦੇ, ਤੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਮਾਂ ਬਾਪ ਸਰ ਉਹਨਾਂ ਦੇ ਕੰਮ ਕਰਨ ਜੋਗੇ ਹੈਗੇ ਨੀ, ਠੀਕ ਨੀ ਰਹਿੰਦੇ, ਉਹ ਦਵਾਈ ਖਾਂਦੇ ਡੇਲੀ, ਮਾਂ ਨੂੰ ਵੀ ਹਾਰਟ ਦੀ ਪ੍ਰੋਬਲਮ ਆ, ਪਿਓ ਨੂੰ ਵੀ ਹਾਰਟ ਦੀ ਪ੍ਰੋਬਲਮ ਆ। ਇਹ ਸਰ ਫੋਰਸ ਸਿਖਲਾਈ ਦੇ ਵਿੱਚ ਹੀ ਜੰਮੂ, ਸਰ ਉਹਨਾਂ ਨੇ ਮਿਸਿਜ ਇੱਥੇ ਨੀ ਹੈਗੇ ਸਰ, ਉੱਥੇ ਨਾਲ ਹੀ ਆ ਫੈਮਿਲੀ ਮੈਂਬਰ। ਹਾਂਜੀ ਫੈਮਿਲੀ ਮੈਂਬਰ ਸਰ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।